ਇਸ ਵਕਤ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ, ਹਾਈਵੇ 410 ਦੱਖਣ ਵੱਲ ਨੂੰ ਮਿਸੀਸਾਗਾ ਦੇ ਬ੍ਰੈਂਪਟਨ ਬਾਰਡਰ ਨੂੰ ਪੂਰੀ ਤਰ੍ਹਾਂ ਬਲੌਕ ਕਰ ਦਿੱਤਾ ਗਿਆ। ਬ੍ਰੈਂਪਟਨ ਤੋਂ ਮਿਸੀਸਾਗਾ ਵੱਲ ਜਾਣ ਵਾਲੇ ਹਾਈਵੇ 410 ਨੂੰ ਮੰਗਲਵਾਰ ਅੱਜ ਯਾਨੀ ਕਿ ਭਾਰੀ ਮੀਂਹ ਕਰਕੇ ਬੰਦ ਕਰ ਦਿੱਤਾ ਗਿਆ ਅਤੇ ਇਸ ਰੂਟ ਦੇ ਉੱਪਰ ਵੱਡਾ ਹੜ੍ਹ ਆ ਗਿਆ ਜਿਸ ਕਰਕੇ ਆਵਾਜਾਈ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। 410 ਜੋ ਮਿਸੀਸਾਗਾ ਵਿੱਚ ਦਾਖਲ ਹੋ ਰਿਹਾ, ਰਿਪੋਰਟਾਂ ਦੱਸ ਰਹੀਆਂ ਨੇ ਕਿ ਹਾਈਵੇ 410 ਦੇ ਜਿੰਨੇ ਵੀ ਰੈਂਪ ਨੇ ਉਹਨਾਂ ਦੇ ਵਿੱਚ ਕਈ ਵਾਹਨ ਵੀ ਪਾਣੀ ਦੇ ਵਿੱਚ ਫਸ ਚੁੱਕੇ ਨੇ। ਮਿਸੀਸਾਗਾ ਅਤੇ ਬ੍ਰੈਂਪਟਨ ਦੇ ਵੱਖ ਵੱਖ ਹਾਈਵੇ ਅਤੇ ਸੜਕਾਂ ਦੇ ਹਿੱਸੇ ਮੰਗਲਵਾਰ ਸਵੇਰੇ ਦੱਖਣ ਦੀ ਗੱਲ ਕੀਤੀ ਜਾਵੇ ਤਾਂ ਦੱਖਣੀ ਓਨਟਾਰੀਓ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਤੋਂ ਬਾਅਦ ਇਹ ਸਭ ਕੁਝ ਪ੍ਰਭਾਵਿਤ ਹੋਇਆ। OPP ਨੇ ਸੋਸ਼ਲ ਮੀਡੀਆ ਰਾਹੀਂ ਇਹ ਗੱਲ ਆਖੀ ਹੈ ਕਿ ਭਾਰੀ ਮੀਂਹ ਕਰਕੇ ਹਾਈਵੇ ਦੇ ਉੱਪਰ ਹੜ੍ਹ ਆ ਗਏ ਅਤੇ GTA ਨੂੰ ਪਾਰ ਕਈ ਸਥਾਨਾਂ ਤੋਂ ਇਹ ਰਿਪੋਰਟਾਂ ਨਿਕਲ ਕੇ ਆ ਰਹੀਆਂ ਨੇ ਅਤੇ ਪੁਲਿਸ ਨੇ ਕਿਹਾ ਕਿ ਮਾਵਿਸ ਰੋਡ ਦੇ ਉੱਪਰ ਪੂਰਬ ਦੇ ਵੱਲ ਹਾਈਵੇ 410 ਤੱਕ ਰੈਂਪ ਨੂੰ ਬੰਦ ਕਰ ਦਿੱਤਾ ਗਿਆ ਅਤੇ ਇਹ ਉਹਨਾਂ ਕਈ ਖੇਤਰਾਂ ਵਿੱਚੋਂ ਇੱਕ ਹੈ ਜਿੱਥੇ ਸੜਕ 'ਤੇ ਹੜ੍ਹ ਆਉਣ ਦੀ ਸੂਚਨਾ ਮਿਲੀ ਹੈ। ਮਿਸੀਸਾਗਾ ਦੇ ਵਿੱਚ ਹਾਈਵੇ 410 ਅਤੇ ਮੈਥੇਸਨ ਬੁਲੇਵਰਡ ਦੇ ਨੇੜੇ ਘਟਨਾ ਸਥਾਨ ਤੋਂ ਪ੍ਰਾਪਤ ਰਿਪੋਰਟਾਂ ਦੇ ਅਨੁਸਾਰ ਮੈਥੇਸਨ ਬੁਲੇਵਰਡ ਦੇ ਕੁਝ ਹਿੱਸਿਆਂ ਵਿੱਚ ਹੜ੍ਹ ਆ ਗਿਆ। ਕੈਨੇਡੀ ਅਤੇ ਟੌਮਕਨ ਸੜਕ ਨੂੰ ਵਿਚਕਾਰੋਂ ਬੰਦ ਕਰ ਦਿੱਤਾ ਗਿਆ, ਉੱਥੇ ਵੀ ਕਾਫੀ ਪਾਣੀ ਭਰ ਗਿਆ ਅਤੇ ਜਿਸ ਕਰਕੇ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਅਤੇ ਤੁਹਾਨੂੰ ਦੱਸ ਦਈਏ ਕਿ ਤਸਵੀਰਾਂ ਦੇ ਵਿੱਚ ਵੀ ਜਿੱਥੇ ਤੁਸੀਂ ਦੇਖ ਰਹੇ ਹੋ ਕਿ ਪਾਣੀ ਸਾਰੇ ਪਾਸੇ ਹੈ ਅਤੇ ਵਿਲੀਅਮ ਪਾਰਕ ਵੀ ਸਾਈਡ ਵਾਲੇ ਪਾਸੇ ਦਾ ਇਹ ਦ੍ਰਿਸ਼ ਜਿਹੜਾ ਕਿਸ ਵਕਤ ਤੁਸੀਂ ਦੇਖ ਰਹੇ ਹੋ ਕਿ ਭਾਰੀ ਮੀਂਹ ਕਰਕੇ ਸਭ ਕੁਛ ਜਲ ਥਲ ਹੁੰਦਾ ਨਜ਼ਰ ਆ ਰਿਹਾ। ਉਮੀਦ ਕੀਤੀ ਜਾ ਰਹੀ ਕਿ ਜਲਦੀ ਹੀ 410 ਹਾਈਵੇ ਨੂੰ ਦੁਬਾਰਾ ਖੋਲ੍ਹ ਦਿੱਤਾ ਜਾਵੇਗਾ ਅਤੇ ਪੁਲਿਸ ਪ੍ਰਸ਼ਾਸਨ ਅਤੇ ਉੱਥੇ ਸਿਟੀ ਆਫ ਬ੍ਰੈਂਪਟਨ ਇਸ ਪੂਰੇ ਮਾਮਲੇ ਦੇ ਨਾਲ ਨਜਿੱਠਣ ਲਈ ਲੱਗੀ ਹੋਈ ਹੈ। ਆਜ਼ਮੀ ਜ਼ਬਾਲਾ ਦੇ ਉੱਪਰ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼।